Hello students today we will read the poem named Anthem for Doomed Youth written by Wilfred Owen So the word anthem is anthem means anthem is a song sung in a praise of something kisi di uh, praise karde hoye tareef karde hoye kisi nu respect show karde hoye anthem gaya janda it is a song jisda national anthem of india jide vich assi india di tareef karde ha here the bilfred oven has written a an anthem unne ek song likhya hai anthem likhya kede layi for doomed youth doomed means bad kismat ill fated ਠੀਕ ਹੈ ਹੂ ਇਸ ਅਬਾਊਟ ਟੂ ਡਾਈ ਜਿਹੜਾ ਹੂ ਹੈਜ਼ ਫੇਸਡ ਡਿਸਟਰਕਸ਼ਨ ਡੈਥ ਜਿਹਨੇ ਆਪਣੀ ਫੇਸ ਕੀਤੀ ਹੋਈ ਹੋਏ ਲਾਈਫ ਦੇ ਵਿੱਚ ਉਹਨੂੰ ਆਪਾਂ ਕਿਹਨੇ ਡੂਮਡ ਯੂਥ ਮੀਨਸ ਦਾ ਯੰਗ ਬாய் ਉਹਦੇ ਲਈ ਵਿਲਫਰਡ ਓਵਨਿਕ ਐਂਥਮ ਲਿਖਿਆ ਹੈ ਐਕਚੁਅਲੀ ਅਗਰ ਅਸੀਂ ਬਿਲਫ੍ਰਿਡ ਓਵਨ ਦੀ ਗੱਲ ਕਰੀਏ ਬਿਲਫ੍ਰਿਡ ਓਵਨ ਵਾਸ ਨਾਟ ਓਨਲੀ ਪੋएट ਬਟ ਸੋਲਜਰ ਆਲਸੋ ਉਹ ਇੰਗਲੈਂਡ ਦੇ ਪੋएट ਹੀ ਨਹੀਂ ਸਿਰਫ ਇੱਕ ਸੋਲਜਰ ਵੀ ਸੀ ਉਹਨਾਂ ਨੇ ਇੰਗਲੈਂਡ ਦੀ ਜੋ ਫਰਸਟ ਵਰਲਡ ਵਾਰ ਹੋਈ ਹੈ ਉਹਦੇ ਵਿੱਚ ਪਾਰਟਿਸਿਪੇਟ ਵੀ ਕੀਤਾ ਤੇ ਉਹਨਾਂ ਦੀ ਸਾਰੀ ਪੋਇਟਰੀ ਜੋ ਹੈ ਉਹ ਵਾਰ ਪੋਇਟਰੀ ਹੈ ਤੇ ਉਹਨਾਂ ਨੇ ਆਪਣੀ ਉਹਨਾਂ ਦੀ ਜਿਹੜੀ ਵਾਰ ਪੋਇਟਰੀ ਲਿਖੀ ਹੈ ਉਹ 5 ਵੀਕਸ ਉਹਨਾਂ ਨੇ ਜਿਹੜੇ ਸਪੈਂਡ ਕੀਤੇ ਨਾ ਵਾਰ ਦੇ ਵਿੱਚ ਫਰਸਟ ওয়ার্ল্ড ਵਾਰ ਦੇ ਵਿੱਚ ਉਹਨਾਂ ਨੇ 5 ਵੀਕਸ ਸਪੈਂਡ ਕੀਤੇ ਸੀ ਉਸ ਤੋਂ ਬਾਅਦ ਉਹਨਾਂ ਦੀ ਉੱਥੇ ਡੈਥ ਹੋ ਗਈ ਸੀ ਤੇ ਉਹਨਾਂ ਦੀ ਸਾਰੀ ਵਾਰ ਪੋਇਟਰੀ ਨਾ ਉਸ 5 ਵੀਕਸ ਦੇ ਉੱਤੇ ਬੇਸਡ ਹੈ ਤੇ ਉਹਨਾਂ ਨੂੰ ਇਹ ਉਹ ਬਹੁਤ ਬਹਾਦਰੀ ਨਾਲ ਲੜੇ ਸੀ ਵਾਰ ਦੇ ਵਿੱਚ ਲੇਕਿਨ ਉਹਨਾਂ ਨੂੰ ਇਹ ਜਿਹੜੀ ਵਾਰ ਸੀ ਨਾ ਉਹ ਉਹਨਾਂ ਨੂੰ ਇੰਨੀ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਜਿਹੜੀ ਵਾਰ ਹੈ ਨਾ ਇਹ ਨਹੀਂ ਹੋਣੀ ਚਾਹੀਦੀ ਤੇ ਉਹ ਬਹੁਤ ਸ਼ੌਕਟਡ ਹੁੰਦੇ ਸੀ ਟਰਾਮਟਾਈਜ਼ਡ ਹੋ ਜਾਂਦੇ ਸੀਗੇ ਵਾਰ ਦੇ ਐਕਸਪੀਰੀਅੰਸ ਨੂੰ ਦੇਖਦੇ ਹੋਏ ਤੇ ਉਹਨਾਂ ਦੀ ਜ਼ਿਆਦਾਤਰ ਜੋ ਵੀ ਪੋਇਟਰੀ ਹੈ ਇਸ ਲਈ ਵਾਰ ਪੋਇਟਰੀ ਹੀ ਹੈ ਤੇ ਉਹਨਾਂ ਦੀ ਜੋ ਵੀ ਪੋਇਟਰੀ ਪਬਲਿਸ਼ ਹੋਈ ਹੈ ਉਹਨਾਂ ਦੀ ਡੈਥ ਤੋਂ ਬਾਅਦ ਪੋਸਟੋਮਿਊਸਲੀ ਵਰਡ ਯੂਜ਼ ਕਰਦੇ ਆ ਜਿਹੜੀ ਪਬਲਿਕੇਸ਼ਨ ਕਿਸੇ ਦੀ ਡੈਥ ਤੋਂ ਬਾਅਦ ਹੁੰਦੀ ਹੈ ਉਹਦੇ ਲਈ ਇੱਕ ਵਰਡ ਯੂਜ਼ ਕੀਤਾ ਜਾਂਦਾ ਦੈਟਸ ਪੋਸਟੋਮਿਊਸਲੀ ਤੇ ਉਹਨਾਂ ਦੀ ਜੋ ਵੀ ਪਬਲਿਕੇਸ਼ਨ ਹੈ ਉਹਨਾਂ ਦੀ ਡੈਥ ਤੋਂ ਬਾਅਦ ਹੀ ਹੋਈ ਹੈ ਕਿਉਂਕਿ ਉਹਨਾਂ ਨੇ ਜੋ ਵੀ ਪੋਇਟਰੀ ਲਿਖੀ ਜਦੋਂ ਫਰਸਟ ਵਰਲਡ ਵਾਰ ਦੇ ਦੌਰਾਨ ਹੀ ਲਿਖੀ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਦੀ ਪੋਇਟਰੀ ਪਬਲਿਸ਼ ਕੀਤੀ ਗਈ ਸੋ ਲੈਟਸ ਰੀਡ ਕਿ ਉਹ ਇਸ ਪੋਇਮ ਦੇ ਵਿੱਚ ਸਾਨੂੰ ਕੀ ਦੱਸ ਰਹੇ ਆ what passing bells for those who die as cattle only the monstrous anger of the guns ਇਹ ਲਾਈਨਸ ਜਿਹੜੀਆਂ ਆ ਆਪਸ ਦੇ ਵਿੱਚ ਕਨੈਕਟਡ ਹੈ ਉਹਨਾਂ ਨੇ ਕਿਹਾ ਬਟ ਪਾਸਿੰਗ ਬੈਲਸ ਪਾਸਿੰਗ ਬੈਲਸ ਕੀ ਹੁੰਦੀਆਂ ਆ ਦ ਬੈਲ ਰੰਗ ਫਾਰ ਦਾ ਪ੍ਰੇਅਰ ਇਨ ਚਰਚ ਆਫਟਰ ਡੈਥ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਚਰਚ ਦੇ ਵਿੱਚ ਪ੍ਰੇਅਰ ਰੱਖੀ ਜਾਂਦੀ ਹੈ ਠੀਕ ਹੈ ਉਸ ਪ੍ਰੇਅਰ ਤੋਂ ਪਹਿਲਾਂ ਇੱਕ ਬੈਲ বাজਾਈ ਜਾਂਦੀ ਹੈ ਉਹਨੂੰ ਕੀ ਕਹਿੰਦੇ ਹਨ ਪਾਸਿੰਗ ਬੈਲਸ ਕਹਿੰਦੇ ਹਨ ਜਦੋਂ ਵਾਰ ਦੇ ਵਿੱਚ ਲੋਕ ਜਿਹੜੇ ਆ ਜਾਂ ਜਿਹੜੇ ਯੰਗ ਲੋਕ ਸੀ ਯੰਗ ਯੰਗ ਬॉयਜ਼ ਸਿਗੇ ਜਦੋਂ ਉਹ ਵਾਰ ਦੇ ਵਿੱਚ ਲੜ ਰਹੇ ਸੀ ਤੇ ਮਰ ਰਹੇ ਸੀ ਉਹਨਾਂ ਨੂੰ ਦੇਖ ਕੇ ਵਿਲਫਰਡ ਓਵਨ ਲਿਖ ਰਿਹਾ ਵਾਟ ਪਾਸਿੰਗ ਬੈਲਸ ਫਾਰ ਥੀਸ Who die as a cattle ਜਿਸ ਤਰ੍ਹਾਂ ਸਲਟਰ ਹਾਊਸ ਹੁੰਦਾ ਹੈ ਨਾ ਅ ਸਲਟਰ ਹਾਊਸ ਦੇ ਵਿੱਚ ਜਿਹੜੀਆਂ ਕੈਟਲਸ ਐ ਨਾ ਜਿਹੜੇ ਪਸ਼ੂ ਐ ਉਹਨਾਂ ਨੂੰ ਮਾਰਿਆ ਜਾਂਦਾ ਹੈ ਉਹਨਾਂ ਦਾ ਮੀਟ ਬਣਾਇਆ ਜਾਂਦਾ ਹੈ ਤੇ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਕੈਟਲਸ ਨੂੰ ਸਲਟਰ ਹਾਊਸਸਿਸ ਦੇ ਵਿੱਚ ਮਾਰਿਆ ਜਾਂਦਾ ਹੈ ਤੇ ਉਹ ਇਹਨਾਂ ਯੰਗ ਬॉयਜ਼ ਦਾ ਕੰਪੈਰੀਜ਼ਨ ਉਹਨਾਂ ਦੀ ਡੈਥ ਦਾ ਕੰਪੈਰੀਜ਼ਨ ਕਿਹਨਾਂ ਦੇ ਨਾਲ ਕਰਦੇ ਆ ਕੈਟਲਸ ਨੂੰ ਜਿਸ ਤਰ੍ਹਾਂ ਸਲਟਰ ਹਾਊਸਸਿਸ ਦੇ ਵਿੱਚ ਮਾਰਿਆ ਜਾਂਦਾ ਹੈ ਸਿਮਿਲਰਲੀ ਉਹ ਕਹਿੰਦੇ ਜਿਹੜੇ ਇੱਥੇ ਯੰਗ ਯੰਗ ਬੋイズ ਐ ਉਹ estranges ਨਾਲ ਕੈਟਲਸ ਮਰਦੀਆਂ ਆ स्लਟਰ ਹਾਊਸਸੇ ਦੇ ਵਿੱਚ ਇਸ ਤਰ੍ਹਾਂ ਇਸ ਵਾਰ ਦੇ ਵਿੱਚ ਮਰ ਰਹੇ ਆ ਫਿਰ ਉਹਨਾਂ ਲਈ ਪਾਸਿੰਗ ਬੈਲਸ ਕਿਹੜੀਆਂ ਹੋਣਗੀਆਂ ਉਹਨਾਂ ਲਈ ਕੀ ਪ੍ਰੇਅਰ ਕੀਤੀ ਜਾਏਗੀ ਉਹਨਾਂ ਲਈ ਕੀ ਪ੍ਰੇਅਰ ਹੈ ਕਨੈਕਟਡ ਹੈ ਨਾਲ ਓਨਲੀ ਦਾ ਮੌਨਸਟਰਸ ਐਂਗਰ ਆਫ ਦਾ ਗਨਸ ਉਹਨਾਂ ਦੀ ਡੈਥ ਤੋਂ ਬਾਅਦ ਕੋਈ ਪ੍ਰੇਅਰ ਨਹੀਂ ਹੋ ਰਹੀ ਉਹਨਾਂ ਦੀ ਜਦੋਂ ਡੈਥ ਵੀ ਹੋ ਜਾਂਦੀ ਹੈ ਉਹ ਨੀਚੇ ਡਿੱਗ ਪੈਂਦੇ ਆ ਆਪਣੀ ਲੜਦੇ ਲੜਦੇ ਤੇ ਉਸ ਤੋਂ ਬਾਅਦ ਕੋਈ ਬੈਲਸ ਨਹੀਂ বাজਾਈਆਂ ਜਾਂਦੀਆਂ ਚਰਚ ਦੇ ਵਿੱਚ ਉਹਨਾਂ ਦੀ ਪ੍ਰੇਅਰ ਦੇ ਲਈ ਉਹਨਾਂ ਦੇ ਲਈ ਪ੍ਰੇਅਰ ਕੀ ਹੈ ਉਹਨਾਂ ਦੇ ਲਈ ਔਰ ਰਿੰਗਿੰਗ ਬੈਲਸ ਕੀ ਹੈ ਜਿਹੜੇ ਕੀ ਉੱਥੇ ਜਦੋਂ ਕੋਈ ਮਰ ਵੀ ਜਾਂਦਾ ਤਾਂ ਵੀ ਗਨਸ ਦੀ ਜਿਹੜੀ ਆਵਾਜ਼ ਹੈ ਨਾ ਮਨੋ ਮੌਨਸਟਰਸ ਮੌਨਸਟਰਸ ਦਾ ਮਤਲਬ ਕੀ ਹੁੰਦਾ ਹੈ ਵੈਰੀ ਸੈਡ ਔਰ ਬਹੁਤ ਹੀ ਭਿਆਨਕ ਆਪਾਂ ਕਹਿ ਸਕਦੇ ਹਾਂ ਮੌਨਸਟਰਸ ਬਹੁਤ ਭਿਆਨਕ ਜਿਹੜੀਆਂ ਆਵਾਜ਼ਾਂ ਐਂਗਰ ਗੰਸ ਦੇ ਵਿੱਚੋਂ ਨਿਕਲਦਾ ਆ ਬੁਲੇਟਸ ਦੀ ਫਾਰਮ ਦੇ ਵਿੱਚ ਗੁੱਸਿਆ ਗੁੱਸਾ ਨਿਕਲਦਾ ਗੰਸ ਦਾ ਉਹਨਾਂ ਦੀ ਥੜ ਥੜ ਦੀ ਆਵਾਜ਼ ਆਂਦੀ ਹੈ ਉਹੀ ਜਿਹੜੀਆਂ ਪ੍ਰੇਅਰਸ ਹੈ ਉਹੀ ਜਿਹੜੀ ਆਵਾਜ਼ ਹੈ ਇਹਨਾਂ ਲੋਕਾਂ ਦੀ ਉਹ ਪ੍ਰੇਅਰ ਬੈਲ ਹੁੰਦੀ ਹੈ ਓਨਲੀ ਦਾ ਸ਼ਟਰਿੰਗ ਰਾਈਫਲਸ ਰੈਪਿਡ ਰੈਟਲ can patter out their hasty origins only the shuttering rifles shuttering rifles ਕਿਹੜੀਆਂ ਹੁੰਦੀਆਂ ਮਸ਼ੀਨ ਗਨਸ ਜਿਹੜੇ ਜਦੋਂ ਇੱਕ ਵਾਰ ਮਸ਼ੀਨ ਗਨਸ ਨੂੰ ਸਟਾਰਟ ਕਰਦੇ ਆ ਜਿੰਨੀਆਂ ਉਹਨਾਂ ਦੇ ਵਿੱਚ ਬੁਲੇਟਸ ਹੈ ਰੈਪਿਡਲੀ ਉਹ ਚੱਲਦੀ ਹੈ ਇੱਕਦਮ ਫਟਾਫਟ ਫਟਾਫਟ ਰੈਪਿਡ ਰੈਟਲ ਰੈਟਲ ਕੀ ਹੁੰਦਾ ਹੈ ਆਵਾਜ਼ ਕਰਨਾ ਰੈਟਲ ਇਜ਼ ਅ ਸਾਊਂਡ ਜਿਹੜੀ ਆਵਾਜ਼ ਜਿਸ ਤਰ੍ਹਾਂ ਮਸ਼ੀਨ ਗਨ ਚੱਲਦੀ ਹੈ ਥਾਰ 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 ਜਿਹੜੀ ਉਹ ਆਵਾਜ਼ ਆਦੀ ਹੈ ਦੈਟਸ ਰੈਟਲ can patter out patter out ਦਾ ਮਤਲਬ ਹੁੰਦਾ ਸਪੀਕ ਰੈਪਿਡਲੀ ਇਹ ਇਹ ਬੋਲਦੇ ਜਾਣਾ ਬੋਲਦੇ ਜਾਣਾ ਪੈਟਰ ਆਊਟ देयर ਹੈਸਟੀ ਔਰੀਜਨਸ ਹੈਸਟੀ ਮਤਲਬ ਹੁੰਦਾ ਕੁਇਕ ਤੇ ਔਰੀਜਨਸ ਦਾ ਮਤਲਬ ਕੀ ਹੁੰਦਾ ਆ ਇਟ ਇਜ਼ ਦ ਪ੍ਰੇਅਰ ਫਿਊਨਰਲ ਪ੍ਰੇਅਰ ਜਦੋਂ ਕੋਈ ਵੀ ਕੋਈ ਮਰਦਾ ਹੈ ਨਾ ਕੋਈ ਉਸ ਤੋਂ ਬਾਅਦ ਜਿਸ ਤਰ੍ਹਾਂ ਅਰਦਾਸ ਕੀਤੀ ਜਾਂਦੀ ਹੈ 크ਰਿਸਚੀਅਨਸ ਦੇ ਵਿੱਚ ਹੋ ਸਕਦਾ ਹੈ ਜਿਹੜਾ ਪ੍ਰੀਸਟ ਹੈ ਉਸ ਤੋਂ ਬਾਅਦ ਉਹ ਕੁਝ ਪ੍ਰੇਅਰਸ ਮੂੰਹ ਦੇ ਵਿੱਚ ਬੋਲਦਾ ਹੈ ਕੁਇਕਲੀ ਜਲਦੀ ਜਲਦੀ ਬੋਲਦਾ ਹੈ ਪਰ ਇਹ ਕਹਿੰਦੇ ਆ ਕਿ ਇੱਥੇ ਜਿਹੜੇ ਲੋਕ ਜਿਹੜੇ ਕਿ ਯੂਥ ਜਿਹੜਾ ਮਰ ਰਿਹਾ ਆ ਉਹਨਾਂ ਦੇ ਲਈ ਕੋਈ ਪ੍ਰੇਅਰਸ ਆਰਗੇਨਾਈਜ਼ ਨਹੀਂ ਹੁੰਦੀਆਂ ਉਹਨਾਂ ਉਹ ਮਰ ਜਾਂਦੇ ਆ ਤੇ ਉਹਨਾਂ ਨੂੰ ਗਨਸ ਦੀਆਂ ਜਿਹੜੀਆਂ ਆਵਾਜ਼ਾਂ ਆ ਉਹੀ ਉਹਨਾਂ ਦੀਆਂ ਰਿੰਗ ਪਾਸਿੰਗ ਬੈਲਸ ਹੁੰਦੀਆਂ ਉਹੀ ਉਹਨਾਂ ਦੀਆਂ ਪ੍ਰੇਅਰ ਬੈਲਸ ਹੁੰਦੀਆਂ ਪ੍ਰੇਅਰ ਬੈਲਸ ਤੋਂ ਬਾਅਦ ਪ੍ਰੇਅਰ ਹੋਣੀ ਹੁੰਦੀ ਹੈ ਤੇ ਉਹ ਜਿਹੜੀ ਪ੍ਰੇਅਰ ਹੈ ਉਹ ਉਹਨਾਂ ਨੂੰ ਕਿਸ ਫਾਰਮ ਦੇ ਵਿੱਚ ਮਿਲਦੀ ਹੈ ਸ਼ਟਰਿੰਗ ਰਾਈਫਲਸ ਦੇ ਫਾਰਮ ਦੇ ਵਿੱਚ ਮਿਲਦੀ ਹੈ ਜਿਹੜੀ ਕਿ ਥਾਰ ਥਾਰ ਜਿਹਦੇ ਵਿੱਚ ਆਵਾਜ਼ ਆਉਂਦੀ ਰਹਿੰਦੀ ਹੈ ਤੇ ਉਹੀ ਉਹਨਾਂ ਦੀ ਫਿਰ ਪ੍ਰੇਅਰ ਬਣਦੀ ਹੈ no mockery is now for them no prayers no bells ਮੋਕਰੀਜ਼ ਮੋਕਰੀਜ਼ ਦਾ ਹੇਅਰ ਮਤਲਬ ਕੀ ਹੁੰਦਾ ਜਿਹੜੇ ਕਿ ਮੈਮੋਰੀਅਲ ਜਾਂ ਸਕਲਪਚਰਸ ਜਿਹੜੇ ਤਿਆਰ ਕੀਤੇ ਜਾਂਦੇ ਆ ਕਿਸੇ ਦੀ ਯਾਦਗਾਰ ਹੁੰਦੇ ਨਾ ਯਾਦਗਾਰੀ ਚਿੰਨ ਜਿਹੜਾ ਹੁੰਦੇ ਆ ਸਮਾਰੋ ਹੁੰਦੇ ਆ ਨਾ ਯਾਦਗਾਰੀ ਜੋ ਇਸ ਤਰ੍ਹਾਂ ਚਿੰਨ ਬਣਾਏ ਹੁੰਦੇ ਆ ਜਿਸ ਤਰ੍ਹਾਂ ਯੂ ਹੈਵ ਮਸਟ ਹੈਵ ਸੀਨ ਜਲਿਆਂਵਾਲਾ ਬਾਗ ਦੇ ਵਿੱਚ ਇੱਕ ਜਾਦਗਰੀ ਬਣੀ ਹੋਈ ਹੈ ਨਾ ਚਿੰਨ ਬਣਿਆ ਹੋਇਆ ਸੋ ਉਹਨਾਂ ਨੂੰ ਮੌਕਰੀਜ਼ ਕਹਿੰਦੇ ਆ نو ਮੌਕਰੀਜ਼ ਨਾਊ ਫॉर देम ਇਹਨਾਂ ਦੇ ਲਈ ਤਾਂ ਕਹਿੰਦੇ ਕੋਈ ਯਾਦਗਾਰ ਕੋਈ ਮੈਮੋਰੀਅਲ ਕੁਝ ਨਹੀਂ ਬਣਨਾ نو ਪ੍ਰੇਅਰਸ نو ਬੈਲਸ ਕਹਿੰਦੇ ਇਹਨਾਂ ਦੇ ਲਈ ਕੋਈ ਕੋਈ ਯਾਦਗਾਰ ਦੇ ਵਿੱਚ ਇਹਨਾਂ ਦੇ ਕੁਝ ਸਕਲਪਟਰ ਇਨਾਂ ਦੇ ਕੋਈ ਬੁੱਤ ਜਾਂ ਕੋਈ ਵਾਰ ਮੈਮੋਰੀਅਲ ਕੁਝ ਨਹੀਂ ਬਣਾਇਆ ਜਾਏਗਾ ਨਾ ਹੀ ਇਹਨਾਂ ਦੇ ਲਈ ਕੋਈ ਪ੍ਰੇਅਰਸ ਹੁੰਦੀਆਂ ਆ ਤੇ ਨਾ ਹੀ ਇਹਨਾਂ ਦੇ ਲਈ ਕੋਈ ਚਰਚ ਦੇ ਵਿੱਚ ਬੈਲਸ বাজਾਈਆਂ ਜਾਂਦੀਆਂ ਨੌਰ ਐਨੀ ਵੌਇਸ ਆਫ ਮਾਰਨਿੰਗ ਮਾਰਨਿੰਗ ਦਾ ਮਤਲਬ ਕੀ ਹੁੰਦਾ ਅਫਸੋਸ ਕਰਨਾ ਹਨਾ ਕਿ ਕਿਸੇ ਦੇ ਦੁੱਖ ਦੇ ਵਿੱਚ ਮਾਰਨਿੰਗ ਕਰਨੀ ਹੈ ਅਫਸੋਸ ਕਰਨਾ ਜਾਂ ਰੋਣਾ ਇਹਨਾਂ ਦੇ ਲਈ ਇਸ ਤਰ੍ਹਾਂ ਦੇ ਲਈ ਕੋਈ ਵੀ ਇਹਨਾਂ ਜਿਹੜੇ ਲੋਕ ਮਰਦੇ ਆ ਵਾਰ ਦੇ ਵਿੱਚ ਯੰਗ ਬॉयਜ਼ ਜਿਹੜੇ ਮਰ ਰਹੇ ਆ ਉਹਨਾਂ ਦੇ ਲਈ ਕੋਈ ਵੀ ਮਾਰਨਿੰਗ ਨਹੀਂ ਕਰਦਾ ਸੇਵ ਦਾ ਕੋਇਰਸ ਸੇਵ ਦਾ ਕੋਇਰਸ ਏਅਰ ਮੀਨਸ ਐਕਸੈਪਟ ਦਾ ਕੋਇਰਸ ਕੋਇਰਸ ਦਾ ਕੀ ਮਤਲਬ ਹੁੰਦਾ ਹੈ ਗਰੁੱਪ ਆਫ ਪੀਪਲ ਸਿੰਗਿੰਗ ਟੁਗੇਦਰ ਜਿਹੜੇ ਇਕੱਠੇ ਕੋਈ ਗਰੁੱਪ ਹੁੰਦਾ ਹੈ ਚਰਚ ਦੇ ਵਿੱਚ ਤੁਸੀਂ ਅਗਰ ਨਹੀਂ ਵੀ ਗਏ ਤੁਸੀਂ ਦੇਖਿਆ ਹੋਣਾ ਹੈ ਕਿਸੇ ਟਾਈਮ ਇਕੱਠੇ ਹੋ ਕੇ 10 12 ਲੋਕ ਪ੍ਰੇਅਰ ਦੇ ਵਿੱਚ ਜੀਸਸ ਕ੍ਰਾਈਸ ਦੀ ਪ੍ਰੇਅਰ ਦੇ ਵਿੱਚ ਕੁਛ ਨਾ ਕੁਛ ਇਕੱਠੇ ਪ੍ਰੇਸ ਦੇ ਵਿੱਚ ਗਾਉਂਦੇ ਆ ਸੋ ਕਹਿੰਦੇ ਇਹਨਾਂ ਦੇ ਲਈ ਇਹਨਾਂ ਦੇ ਲਈ ਕੋਈ ਵੌਇਸ ਆਫ ਮਾਰਨਿੰਗ ਨਹੀਂ ਹੁੰਦੀ ਠੀਕ ਹੈ ਐਕਸੈਪਟ ਸੇਵ ਦਾ ਇੱਥੇ ਮਤਲਬ ਕੀ ਹੈ ਐਕਸੈਪਟ ਦਾ ਕੋਇਰਸ ਫਿਰ ਕਿਥੇ ਕੋਇਰਸ ਕੌਣ ਹੈ ਦ ਸ਼ਰਿਲ ਡਿਮੈਂਟਿਡ ਕੋਇਰਸ ਆਫ ਵੇਲਿੰਗ ਸ਼ੈਲਸ ਕੋਇਰਸ ਇਥੇ ਗਰੁੱਪ ਆਫ ਪੀਪਲ ਨਹੀਂ ਇਥੇ ਕੋਇਰਸ ਕੌਣ ਹੈ ਦ ਸ਼੍ਰਿਲ ਸ਼੍ਰਿਲ ਦਾ ਮਤਲਬ ਹੁੰਦਾ ਵੈਰੀ ਸ਼ਾਰਪ ਵੌਇਸ ਡਿਮੈਂਟਡ ਡਿਮੈਂਟਡ ਮੀਨਸ ਮੈਡ ਕੋਇਰਸ ਆਫ ਵੇਲਿੰਗ ਵੇਲਿੰਗ ਮੀਨਸ ਸਕਰੀਮਿੰਗ ਜਿਹੜੇ ਕਿ ਬਹੁਤ ਉੱਚੀ ਉੱਚੀ ਚਿਲਾਉਂਦੇ ਆ ਸ਼ੈਲਸ ਸ਼ੈਲਸ ਮੀਨਸ ਦਾ ਬੁਲੇਟਸ ਹੁਣ ਜਦੋਂ ਵੀ ਕੋਈ ਰਾਈਫਲਸ ਚੱਲਦੀਆਂ ਉਹਨਾਂ ਦੇ ਵਿੱਚੋਂ ਇੱਕ ਇਕੱਠੀਆਂ ਬੁਲੇਟਸ ਕਾਫੀ ਸਾਰੀਆਂ ਬੁਲੇਟਸ ਜਿਹੜੀਆਂ ਹੁਣ ਕਿੰਨੇ ਸੋਲਜਰਸ ਲੜ ਰਹੇ ਆ ਔਰ ਕਿੰਨੀਆਂ ਬੁਲੇਟਸ ਇੱਕਦਮ ਨਿਕਲਦੀਆਂ ਹੋਣਗੀਆਂ ਔਰ ਕਿੰਨੀ ਉਹਨਾਂ ਦੀ ਆਵਾਜ਼ ਆਂਦੀ ਹੋਏਗੀ ਸੋ ਕਹਿੰਦੇ ਇਹਨਾਂ ਦੇ ਲਈ ਕੋਈ ਮਾਰਨਿੰਗ ਨਹੀਂ ਹੁੰਦੀ ਕੋਈ ਅਫਸੋਸ ਨਹੀਂ ਕਰਦਾ ਕੋਈ ਵੌਇਸ ਆਫ ਮਾਰਨਿੰਗ ਨਹੀਂ ਹੈ ਐਕਸੈਪਟ ਦਾ ਕੋਅਰ ਪਰ ਕੋਅਰ ਵੀ ਕੋਨ ਗਰੁੱਪ ਆਫ ਪੀਪਲ ਨਹੀਂ ਗਰੁੱਪ ਆਫ ਕਿਆ ਦਾ ਬੁਲੇਟਸ ਗਰੁੱਪ ਆਫ ਵੇਲਿੰਗ ਵੇਲਿੰਗ ਸ਼ੈਲਸ ਵੇਲਿੰਗ ਮੀਨਸ ਥੈਟ ਇਜ਼ ਸਕਰੀਮਿੰਗ ਚਿੱਲਾਨਾ ਸ਼ੈਲਸ ਮੀਨਸ ਦਾ ਬੁਲੇਟਸ ਦ ਸ਼੍ਰਿਲ ਉਹਨਾਂ ਦੀ ਤਿੱਖੀ ਆਵਾਜ਼ ਜਿਹੜੀ ਆ ਤਿੱਖੀ ਔਰ ਸੈਡ ਔਰ ਮੈਡ ਕਹਿ ਸਕਦੇ ਆ ਡਿਮੈਂਟਡ ਮੀਨਸ ਪਾਗਲਪਨ ਵਾਲੀ ਆਵਾਜ਼ ਹੁੰਦੀ ਆ ਐਂਡ ਬਗਲਸ ਕਾਲਿੰਗ ਫॉर देम ਫਰਮ ਸ਼ੈਡ ਫਰਮ ਸ਼ੈਡ ਸਾਇਰਸ ਸ਼ਾਇਰਸ ਤੇ ਉਹਨਾਂ ਲਈ ਕਹਿੰਦੇ ਹੋਰ ਕੀ ਹੋਰ ਕੀ ਉਹਨਾਂ ਦੇ ਲਈ ਹੁੰਦਾ ਇਹਨਾਂ ਲੋਕਾਂ ਦੇ ਲਈ ਜਦੋਂ ਕਿਸੇ ਦੀ ਵੀ ਡੇਥ ਹੋ ਜਾਂਦੀ ਆ ਨਾ ਸੋਲਜਰਸ ਦੀ ਡੈਥ ਹੋ ਜਾਂਦੀ ਐ ਉਹ ਦੋ ਐਨਮੀਜ਼ ਆਰਮੀਜ਼ ਲੜ ਰਹੀਆਂ ਆ ਇੱਕ ਆਰਮੀ ਐ ਜਿਹੜੀ ਉਹਦੇ ਬਹੁਤ ਬੰਦੇ ਮਾਰ ਰਹੇ ਆ ਤੇ ਫਿਰ ਉਹਨਾਂ ਨੂੰ ਆਰਮੀ ਐ ਜਿਹੜੀ ਉਹਨੂੰ ਆਪਣੀ ਆਰਮੀ ਸਟਰੋਂਗ ਕਰਨ ਦੇ ਲਈ ਉਹਦੇ ਵਿੱਚ ਹੋਰ ਬੰਦੇ ਲਿਆਂਦੇ ਲਈ ਉਹ ਫਿਰ ਕੀ ਕਰਦੇ ਆ ਕੰਟਰੀਜ਼ ਦੇ ਵਿੱਚ ਜਾ ਕੇ ਮਤਲਬ ਛੋਟੇ-ਛੋਟੀਆਂ ਜਗ੍ਹਾ ਦੇ ਵਿੱਚ ਜਾ ਕੇ ਬਗਲਸ বাজਾਏ ਜਾਂਦੇ ਆ ਉਹ ਬਗਲਸ ਕੀ ਹੁੰਦੇ ਆ ਉਹ ਬਗਲਸ ਤਾਂ বাজਾਏ ਜਾਂਦੇ ਆ ਕਿ ਆਰਮੀ ਦੇ ਵਿੱਚ ਬੰਦਿਆਂ ਦੀ ਹੋਰ ਲੋਡ ਐ ਤੇ ਪਿੱਛੇ ਜਿਹੜਾ ਸੋਲਜਰਸ ਐ ਹੋਰ ਸੋਲਜਰਸ ਨੂੰ ਤਿਆਰ ਕੀਤਾ ਜਾਵੇ ਤੇ ਕਹਿੰਦੇ ਉਹਨਾਂ ਦੀ ਜਿਹੜੀ ਡੈਥ ਤੋਂ ਬਾਅਦ ਫਿਰ ਬਗਲ বাজਾਏ ਜਾਂਦੇ ਆ ਨਾ ਇਟ ਇਜ਼ ਦਾ ਇਨ ਮਿਲਟਰੀ ਦੇ ਵਿੱਚ ਇਹ ਹੁੰਦਾ ਇਨਸਟਰੂਮੈਂਟ ਆਵਾਜ਼ ਜਿਹੜੀ ਜਿਹਦੇ ਤੋਂ ਪਤਾ ਚੱਲਦਾ ਕਿ ਜੰਗ ਸ਼ੁਰੂ ਹੋ ਗਈ ਐ ਕਿ ਕਾਫੀ ਸੋਲਜਰਸ ਮਾਰ ਰਹੇ ਆ ਐਂਡ ਵੀ ਨੀਡ ਮੋਰ ਆਰਮੀ ਪਿੱਛੇ ਇਨਫੋਰਮ ਕਰਨ ਦੇ ਲਈ ਕਿ ਆਰਮੀ ਹੋਰ ਚਾਹੀਦੀ ਹੈ ਸੋਲਜਰਸ ਨੂੰ ਤਿਆਰ ਕਰੋ ਬੰਦਿਆਂ ਨੂੰ ਬੁਲਾਓ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸੋ ਕਾਲਿੰਗ ਫਾਰ ਥੈਮ ਫ্রম ਸੈਡ ਸ਼ਾਇਰ ਸ਼ਾਇਰਸ ਮੀਨਸ ਦ ਪਲੇਸ ਜਿੱਥੋਂ ਉਹ ਆਏ ਹੁੰਦੇ ਆ ਆਪ ਆਏ ਹੁੰਦੇ ਆ ਉਹਨੂੰ ਉਹਨਾਂ ਵਰਗੇ ਹੋਰ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਔਰ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਬੁਲਾਉਣ ਦੇ ਲਈ ਬੱਗਲ বাজਾਇਆ ਜਾਂਦਾ ਹੈ ਐਂਡ that bugle also serve as a uh, prayer ਔਰ ਤੁਸੀਂ ਕਹਿ ਸਕਦੇ ਆ ਕੋਈ ਬੈਲ ਉਹਨਾਂ ਦੇ ਲਈ ਜੋ ਵੀ ਪ੍ਰੇਅਰ ਬੈਲ ਹੁੰਦੀ ਹੈ ਉਹ ਦਾ ਰੋਲ ਪਲੇ ਕਰਦੀ ਹੈ what candles may be held to speed them all not in the hands of the boys but in their eyes shall shine the holy glimmers of goodbye what candles may be held to speed them all candles ਜਦੋਂ ਵੀ ਕਿਸੇ ਦੀ ਡੈਥ ਤੋਂ ਬਾਅਦ ਜਦੋਂ ਉਹਦਾ ਕਾਫਨ ਜਿਹੜਾ ਆ ਬਰੀਅਲ ਲਈ ਲੈ ਕੇ ਜਾਂਦੇ ਆ ਤਾਂ ਜਿਹੜੇ ਉੱਥੇ ਲੋਕ ਹੈ ਨਾ ਲੋ ਕੀ ਲੈ ਕੇ ਚੱਲਦੇ ਹੁੰਦੇ ਆ ਕੈਂਡਲਸ ਲੈ ਕੇ ਚੱਲਦੇ ਹੁੰਦੇ ਆ ਤਾਂ ਕਿ ਉਹਦਾ ਇਹ ਮਤਲਬ ਹੁੰਦਾ ਆ ਕਿ ਨਾਓ this person is going to uh, live another life ਠੀਕ ਹੈ ਉਹਦੇ ਲਈ ਅੱਗੇ ਅੱਗੇ ਜਿਹੜੀਆਂ ਉਹ ਕੈਂਡਲਸ ਜਲਾਈਆਂ ਜਾਂਦੀਆਂ for the peace ਕਹ ਲਓ ਜਾਂ ਇੱਕ ਲਾਈਟ ਦੇ ਲਈ ਠੀਕ ਹੈ ਇੱਕ ਰੇ ਆਫ ਹੋਪ ਕਿ ਇਹਦੀ ਡੈਥ ਤੋਂ ਬਾਅਦ देयर वुड बी ਅਨਦਰ ਲਾਈਫ ਫॉर ਹਿਮ ਪਰ ਕਹਿੰਦੇ ਇਹਨਾਂ ਲਈ ਫਿਰ ਕੀ ਕੈਂਡਲਸ ਹੋਣਗੀਆਂ what candles may be held to speed them all speed them all means to speed them to their next life or uh, next life tak jaan de layi pahunchan de layi inna kand inna le kediya candles hon giyan not in the hands of boys koi boys inna di coffin de agge candles leke nahi challega but in their eyes shall shine the holy glimmers of goodbye ਇਨਾਂ ਲਈ ਕੋਈ ਕੈਂਡਲਸ ਨਹੀਂ ਹੁੰਦੀਆਂ ਇਹਨਾਂ ਦੀ ਆਪਣੀ ਅੱਖਾਂ ਦੇ ਵਿੱਚ ਹੀ ਜੋ ਇੱਕ ਚਮਕ ਹੁੰਦੀ ਆ ਨਾ ਗੁੱਡ ਬਾਏ ਦੀ ਕਿ ਅਸੀਂ ਆਪਣੇ ਆਪਣਾ ਜੋ ਕੰਮ ਸੀ ਉਹ ਕਰ ਚੁੱਕੇ ਆ ਵੀ ਹੈਵ ਸਪੋਰਟਡ ਆਰ ਅ ਕੰਟਰੀ ਵੀ ਹੈਵ ਹੈਲਪਡ ਵੀ ਹੈਵ ਹੈਲਪਡ ਆਰ ਕੰਟਰੀ ਅਸੀਂ ਆਪਣੀ ਕੰਟਰੀ ਦੇ ਲਈ ਜਾਨ ਦੇ ਕੇ ਜਾ ਚੁੱਕੇ ਆ ਉਹ ਜਿਹੜਾ ਉਹ ਜਿਹੜਾ ਉਹਨਾਂ ਦੇ ਅੱਖਾਂ ਦੇ ਵਿੱਚ ਮਾਣ ਹੁੰਦਾ ਆ ਨਾ ਪ੍ਰਾਈਡ ਹੁੰਦਾ ਆ ਉਹ ਫਿਰ ਚਮਕਦੀਆਂ ਉਹਨਾਂ ਦੀਆਂ ਅੱਖਾਂ with holy glimmers ਉਹਨਾਂ ਦੀਆਂ ਅੱਖਾਂ ਚਮਕਦੀਆਂ ਆ ਉਹ ਸਾਰੇ ਦੇਸ਼ ਨੂੰ ਇੱਕ ਤਰ੍ਹਾਂ ਨਾਲ ਗੁੱਡ ਬਾਏ ਕਹਿ ਕੇ ਜਾ ਰਹੇ ਹੁੰਦੇ ਆ ਕਹਿੰਦੇ ਉਹੀ ਉਹਨਾਂ ਦੀ ਅੱਖਾਂ ਦੀ ਜਿਹੜੀ ਚਮਕ ਹੈ ਨਾ ਉਹੀ ਉਹਨਾਂ ਦੇ ਲਈ ਕੀ ਕਾਹਦਾ ਰੋਲ ਪਲੇ ਕਰੇਗੀ ਕੈਂਡਲਸ ਦਾ ਰੋਲ ਪਲੇ ਕਰਦੀ ਹੈ the pallor of girls brows shall be their pall pallor ਦਾ ਮਤਲਬ ਕੀ ਹੁੰਦਾ ਆ ਪੇਲਨੈਸ ਆ ਜਾਣੀ ਰੰਗ ਜਿਹੜਾ ਆ ਪੀਲਾ ਪੈ ਜਾਣਾ girls brows ਜੋ ਉਹਨਾਂ ਦੇ ਜਿਹੜੀਆਂ ਉਹਨਾਂ ਦੀਆਂ ਵਾਈਫ ਐ ਜਿਹੜੀਆਂ ਕਿ ਉਹਨਾਂ ਲਈ ਵੇਟ ਕਰ ਰਹੀਆਂ ਉਹਨਾਂ ਦੀ ਵਾਈਫ ਉਹਨਾਂ ਦੀ ਸਿਸਟਰ ਜਾਂ ਉਹਨਾਂ ਦੀ ਮਦਰ ਜਿਹੜੀ ਕਾਰ ਦੇ ਵਿੱਚ ਉਹਨਾਂ ਦੇ ਉਹਨਾਂ ਦਾ ਵੇਟ ਕਰ ਰਹੀਆਂ ਆ ਵਾਪਿਸ ਆਨ ਦਾ ਕਿ ਇਸ ਕੀ ਸਾਡਾ ਮੇਰਾ ਹਸਬੈਂਡ ਜਾਂ ਮੇਰਾ ਬ੍ਰਦਰ ਜਾਂ ਮੇਰਾ ਸਨ ਵਾਪਿਸ ਆਏਗਾ ਉਹ ਵਾਰ ਦੇ ਵਿੱਚ ਗਿਆ ਹੋਇਆ ਆ ਲੇਕਿਨ ਉਹ ਵਾਪਿਸ ਨਹੀਂ ਆਂਦਾ ਉਹਨਾਂ ਦੇ ਕੋਲ ਕੀ ਖਬਰ ਪਹੁੰਚਦੀ ਉਹਨਾਂ ਦੀ ਡੈਥ ਦੀ ਖਬਰ ਪਹੁੰਚਦੀ ਹੈ ਤੇ ਫਿਰ ਜਿਹੜਾ ਉਹਨਾਂ ਦਾ ਰੰਗ ਉੜਦਾ ਆ ਨਾ ਜੋ ਉਹਨਾਂ ਦਾ ਜੋ ਉਹਨਾਂ ਦੇ ਫੇਸ ਤੇ ਪੀਲਾਪਨ ਆ ਜਾਂਦਾ ਹੈ ਸ਼ਲ ਬੀ देयर ਪੈਲ ਪੈਲ ਕੀ ਹੁੰਦਾ ਆ ਜਿਹੜਾ ਕਿ ਜਿਹੜਾ ਕਿ ਡੈਡ ਬੋਡੀ ਦੇ ਉੱਤੇ ਕਪੜਾ ਦਿੱਤਾ ਜਾਂਦਾ ਉਹਨੂੰ ਪੈਲ ਕਹਿੰਦੇ ਆ ਦੈਟਸ ਕਫਨ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਫਨ ਵੀ ਕਹਿੰਦੇ ਆ ਤਾਂ ਉਹਨਾਂ ਇਹਨਾਂ ਲਈ ਕਹਿੰਦੇ ਇਹਨਾਂ ਦੀ ਬੋਡੀਜ਼ ਨੂੰ ਨੂੰ ਜਿਹੜਾ ਕਫਨ ਹੈ ਉਹ ਕਿਦੇ ਥਰੂ ਮਿਲਦਾ ਆ ਜੋ ਇਹ ਜੋ ਉਹਨਾਂ ਦੀ ਨਿਊਜ਼ ਉਹਨਾਂ ਦੀ ਡੈਥ ਨਿਊਜ਼ ਸੁਣਨ ਤੋਂ ਬਾਅਦ ਉਹਨਾਂ ਦੇ ਕਾਰ ਦੇ ਵਿੱਚ ਜੋ ਗਰਲਜ਼ ਐ ਉਹਨਾਂ ਦੇ ਫੇਸ ਦੇ ਉੱਤੇ ਜੋ ਪੀਲਾਪਨ ਆਂਦਾ ਆ ਉਹ ਉਹਨਾਂ ਦਾ ਕਫਨ ਜੋ ਹੈ ਬੰਦ ਆ देयर ਫਲਾਵਰਸ ਦਾ ਟੈਂਡਰਨੈਸ ਆਫ ਪੇਸ਼ੀਐਂਟ ਮਾਈਂਡਸ ਔਰ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਅੱਗੇ ਕੀ ਫਲਾਵਰ ਉਹਦੀ ਟੋਮਬ ਦੇ ਉੱਤੇ ਜਿਹੜਾ ਉਹਦਾ ਬਰੀਅਲ ਪਲੇਸ ਹੈ ਨਾ ਜਿੱਥੇ ਉਹਦੀ ਕਬਰ ਹੈ ਉਹਦੇ ਉੱਤੇ ਫਲਾਵਰਸ ਰੱਖੇ ਜਾਂਦੇ ਆ ਤੇ ਇਹਨਾਂ ਦੇ ਲਈ ਫਲਾਵਰਸ ਕੀ ਬੰਦੇ ਆ ਡਟੈਂਡਰਨੈਸ ਆਫ देयर ਪੇਸ਼ੈਂਟ ਮਾਈਂਡ ਜਿਹੜੀਆਂ ਉਹਨਾਂ ਦੀਆਂ ਘਰ ਦੇ ਵਿੱਚ ਉਹਨਾਂ ਦੀ ਫੈਮਿਲੀ ਹੈ ਉਹ ਕਿਸ ਤਰ੍ਹਾਂ ਪੇਸ਼ੈਂਟ ਮਾਈਂਡ ਰੱਖ ਕੇ ਟੈਂਡਰਨੈਸ ਆਪਣਾ ਪਿਆਰ ਆਪਣਾ ਲਵ ਆਪਣਾ ਇਫੈਕਸ਼ਨ ਉਹਨਾਂ ਲਈ ਸ਼ੋ ਕਰਦੇ ਆ ਦੈਟ ਬਿਕਮਸ देयर ਫਲਾਵਰਸ ਅਦਰਵਾਈਜ਼ देयर ਆ ਨੋ ਫਲਾਵਰਸ ਫਾਰ ਥੈਮ ਐਂਡ ਈਚ ਸਲੋ ਡਸਕ ਅ ਡਰਾਉਨਿੰਗ ਡਰਾਉਨ ਆਫ ਦਾ ਬਲਾਈਂਡਸ ਬਲਾਈਂਡਸ ਦਾ ਮਤਲਬ ਕੀ ਹੁੰਦਾ 커ਟਨਸ ਜਿੱਥੇ ਕਿਸੇ ਦੀ ਡੈਥ ਹੋਈ ਹੁੰਦੀ ਹੈ ਨਾ ਉੱਥੇ ਫਿਰ ਜਦੋਂ ਉਹਦੀ ਡੈੱਡ ਬੋਡੀ ਰੱਖੀ ਜਾਂਦੀ ਹੈ ਜਾਂ ਉਹ ਜਿੱਥੇ ਉਸ ਬੰਦੇ ਦੀ ਡੈੱਥ ਹੋਈ ਹੁੰਦੀ ਹੈ ਨਾ ਉਸ ਕਮਰੇ ਦੇ ਵਿੱਚ ਨਾ ਬਲਾਈਂਡਸ ਲਗਾ ਦਿੰਦੇ ਆ ਉਸ ਕਮਰੇ ਦੇ ਵਿੱਚ 커ਟਨਸ ਜਿਹੜੇ ਉਹ ਲਗਾ ਦਿੰਦੇ ਆ ਐਜ਼ ਅ ਮਾਰਕ ਆਫ ਰਿਸਪੈਕਟ ਲੇਕਿਨ ਕਹਿੰਦੇ ਇਹਨਾਂ ਦੇ ਲਈ ਤਾਂ ਕੋਈ ਬਲਾਈਂਡਸ ਵੀ ਨਹੀਂ ਡਰਾ ਕਰਦਾ ਮਤਲਬ ਕੋਈ ਡਰਾ ਡਰਾਇੰਗ ਡਾਊਨ ਮਤਲਬ ਨੀਚੇ ਨੂੰ ਕੋਈ ਬਲਾਈਂਡਸ ਜਾਂ ਕਰਟਨਸ ਵੀ ਨਹੀਂ ਡਰਾ ਕਰਦਾ ਬਟ ਈਚ ਸਲੋ ਡਸਕ ਸ਼ਾਮ ਦੀ ਸ਼ਾਮ ਜਿਹੜੀ ਹੁੰਦੀ ਹੈ ਨਾ ਡਸਕ ਇੱਕ ਹੁੰਦਾ ਡਾਨ ਪੀਰੀਅਡ ਜਿਹੜਾ ਮਾਰਨਿੰਗ ਤੋਂ ਸੂਰਜ ਨਿਕਲਣ ਤੋਂ ਪਹਿਲਾਂ ਦਾ ਜਿਹੜਾ ਟਾਈਮ ਹੁੰਦਾ ਦੈਟਸ ਡਾਨ ਪੀਰੀਅਡ ਜਦੋਂ ਸੂਰਜ ਛਿਪਨ ਤੋਂ ਬਾਅਦ ਥੋੜਾ ਟਾਈਮ ਬਚਦਾ ਆ ਸੂਰਜ ਨਹੀਂ ਦਿਖ ਰਿਹਾ ਹੁੰਦਾ ਬਟ ਥੋੜੀ ਥੋੜੀ ਲਾਈਟ ਹੁੰਦੀ ਹੈ ਦੈਟਸ ਦਾ ਡਸਕ ਜਿਹੜੀ ਕਹਿੰਦੇ ਸ਼ਾਮ ਨੂੰ ਡਸਕ ਹੁੰਦਾ ਹੈ ਨਾ ਡਸਕ ਪੀਰੀਅਡ ਹੈ ਜਿਹੜਾ ਕਿਉਂਕਿ ਉਸ ਟਾਈਮ ਕੋਈ ਰੋਸ਼ਨੀ ਨਹੀਂ ਹੁੰਦੀ ਰੋਸ਼ਨੀ ਹੁੰਦੀ ਹੈ ਪਰ ਸੂਰਜ ਨਹੀਂ ਹੁੰਦਾ ਉਸ ਟਾਈਮ ਜਿਹੜਾ ਉਹ ਕਹਿੰਦੇ ਡਸਕ ਪੀਰੀਅਡ ਹੈ ਉਹ ਇਨਾ ਯੰਗ ਬॉयਜ਼ ਦੇ ਲਈ ਕਾਦਾ ਰੋਲ ਪਲੇ ਕਰਦਾ ਹੈ ਡਰਾਇੰਗ ਆਫ ਕਰਟਨਸ ਦਾ ਡਰਾਇੰਗ ਆਫ ਬਲਾਈਂਡਸ ਦਾ ਰੋਲ ਪਲੇ ਕਰਦਾ ਹੈ ਸੋ ਦੈਟਸ 올 अबाउट ਦਿਸ ਪੋਇਮ ਇਟ ਇਜ਼ ਅ 14 ਲਾਈਨਸ ਪੋਇਮ ਜਿਹਦੇ ਵਿੱਚ ਪੋਇਟ ਨੇ ਸਾਨੂੰ ਅ ਇੱਕ ਇੱਕ ਤਰ੍ਹਾਂ ਨਾਲ ਵਾਰ ਦੇ ਵਿੱਚ ਜੋ ਨੇ ਐਕਸਪੀਰੀਅੰਸ ਕੀਤਾ ਕਿ ਕਿਸ ਤਰ੍ਹਾਂ ਵਾਰ ਦੇ ਵਿੱਚ ਯੂਥ ਪੀਪਲ ਜਾਂ ਯੂਥ ਯੰਗ ਬॉयਜ਼ ਹੈ ਜਿਹੜੇ ਉਹ ਮਰ ਰਹੇ ਆ ਤੇ ਉਹਨਾਂ ਦੇ ਲਈ ਕੋਈ ਪ੍ਰੇਅਰਸ ਨਹੀਂ ਹੈ ਕੋਈ ਉਹਨਾਂ ਨੂੰ ਉਹਨਾਂ ਦੀ ਵਧੀਆ ਫਿਊਨਰਲ ਵੀ ਨਹੀਂ ਉਹਨਾਂ ਨੇ ਕੋਈ ਵਧੀਆ ਆਰਗੇਨਾਈਜ਼ ਕਰ ਰਿਆ ਤੇ ਕਈ ਵਾਰ ਤਾਂ ਨਾ ਇੰਨੀਆਂ ਕਿ ਜ਼ਿਆਦਾ ਡੈਡ ਬਾਡੀਜ਼ ਹੁੰਦੀਆਂ ਆ ਕਿ ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਹੀ ਦਫਨਾ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਹੀ ਉਹਨਾਂ ਦੀ ਕਰੀਮੇਸ਼ਨ ਕਰ ਦਿੱਤੀ ਜਾਂਦੀ ਹੈ ਅਗਨੀ ਪੇਂਟ ਕਰ ਦਿੱਤਾ ਜਾਂਦਾ ਹੈ ਸੋ ਉਹ ਇਸੇ ਲਈ ਉਹ ਕਹਿ ਰਿਹਾ ਕਿ ਇਹ ਮੈਂ ਉਹ ਡੂਮਡ ਯੂਥ ਜਿਹੜੀ ਜਿਹੜਾ ਜਿਹੜਾ ਬਦਕਿਸਮਤ ਯੂਥ ਹੈ ਜਿਹਨੂੰ ਇੱਕ ਵਧੀਆ ਫਿਊਨਰਲ ਵੀ ਨਹੀਂ ਮਿਲ ਰਹੀ ਸਿਕਾ ਮੈਂ ਉਹਦੇ ਲਈ ਇਹ ਐਂਥਮ ਲਿਖ ਰਿਹਾ ਆ ਉਹਦੀ ਪ੍ਰੇਸ ਦੇ ਵਿੱਚ ਲਿਖ ਰਿਹਾ ਆ ਕਿ ਉਹਨਾਂ ਨੂੰ ਇਹ ਫੀਲ ਕਰਨ ਦੀ ਲੋੜ ਨਹੀਂ ਹੈ ਕਿ ਉਹਨਾਂ ਦੇ ਲਈ ਕੋਈ ਪਾਸਿੰਗ ਬੈਲਸ ਨਹੀਂ ਹੈ ਜਾਂ ਉਹਨਾਂ ਲਈ ਕੋਈ ਪ੍ਰੇਅਰਸ ਨਹੀਂ ਹੈ ਉਹ ਕਹਿੰਦੇ ਕਿ ਉੱਥੇ ਦੀਆਂ ਜਿਹੜੀਆਂ ਗਨਸ ਹੈ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਪਾਸਿੰਗ ਬੈਲਸ ਦਾ ਰੋਲ ਪਲੇ ਕਰਦੀ ਹੈ ਜਿਹੜੀਆਂ ਕਿ ਮਸ਼ੀਨ ਗਨਸ ਰੈਟਲ ਕਰਦੀਆਂ ਉੱਚੀ ਉੱਚੀ ਬੋਲਦੀਆਂ ਮਸ਼ੀਨ ਗਨਸ ਦੀ ਜੋ ਆਵਾਜ਼ ਹੈ ਉਹੀ ਉਹਨਾਂ ਦੇ ਲਈ ਪ੍ਰੇਅਰ ਦਾ ਰੋਲ ਪਲੇ ਕਰੇਗੀ। ਔਰ ਜਿਹੜੀ ਬੌਮਸ ਦੀ ਆਵਾਜ਼ ਹੈ ਸ਼ੈਲਸ ਮਤਲਬ ਬੌਮਸ ਜਾਂ ਬੁਲੇਟਸ ਦੀ ਜਿਹੜੀ ਆਵਾਜ਼ ਹੈ ਉਹ ਕੋਇਰ ਜਿਹੜੀ Song ਗਾਉਂਦੇ ਆ ਹਨਾ ਫਿਊਨਰਲ Song ਗਾਉਂਦੇ ਆ ਉਹਦਾ ਰੋਲ ਪਲੇ ਕਰਦੀ ਹੈ। ਐਂਡ ਉਹਨਾਂ ਲਈ ਚਾਹੇ ਕਹਿੰਦੇ ਕੈਂਡਲਸ ਨਹੀਂ ਹੈ ਪਰ ਉਹਨਾਂ ਦੀ ਆਪਣੀਆਂ ਅੱਖਾਂ ਦੇ ਵਿੱਚ ਹੀ ਇੰਨੀ ਜ਼ਿਆਦਾ ਚਮਕ ਹੁੰਦੀ ਹੈ। ਯੂਰ ਕੈਂਡਲਸ ਆ ਰੋਲ ਪਲੇ ਕਰਦੀ ਹੈ ਤੇ ਉਹਨਾਂ ਲਈ ਚਾਹੇ ਕੋਈ ਅੱਛਾ ਕਫਰ ਨਹੀਂ ਹੈ ਪਰ ਜੋ ਉਹਨਾਂ ਦੀ ਡੈਥ ਨਿਊ ਸੁਣਨ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਜੋ ਗਰਲਸ ਹੈ ਉਹਨਾਂ ਦੇ ਫੇਸ ਤੇ ਪੇਲਨੈਸ ਆਂਦੀ ਹੈ ਉਹਨਾਂ ਦੇ ਲਈ ਉਹ ਪੈਲ ਦਾ ਕੰਮ ਕਰਦੀ ਹੈ ਐਂਡ ਉਹਨਾਂ ਦਾ ਜੋ ਫਲਔਰਸ ਹੈ ਉਹਨਾਂ ਦੇ ਪੇਸ਼ੀਐਂਟ ਮਾਈਂਡ ਹੈ ਉਹਨਾਂ ਦਾ ਫੈਮਿਲੀ ਦਾ ਪੇਸ਼ੀਐਂਟ ਮਾਈਂਡ ਹੈ ਤੇ ਹਰ ਈਵਨਿੰਗ ਹੈ ਜੋ ਉਹਨਾਂ ਦੇ ਲਈ ਡਰਾਇੰਗ ਡਾਊਨ ਆਫ ਦਾ ਬਲਾਈਂਡਸ ਮੀਨਸ ਕਰਟਨਸ ਆ ਕੰਮ ਕਰਦੀ ਹੈ ਸੋ ਇਟ ਇਜ਼ 올 ਅਬਾਊਟ ਦਾ ਵਾਰ ਕਿ ਕਿਸ ਤਰ੍ਹਾਂ ਵਾਰ ਦੇ ਵਿੱਚ ਜਿਹੜੇ ਆ ਜਿਹੜਾ ਯੂਥ ਹੈ ਉਹਨਾਂ ਨੂੰ ਕਿਸ ਤਰ੍ਹਾਂ ਮਾਰਿਆ ਜਾਂਦਾ ਹੈ ਉਹ ਕਿਸ ਤਰ੍ਹਾਂ ਮਾਰਦੇ ਆ ਐਂਡ ਇਹ ਇੱਕ ਤਰ੍ਹਾਂ ਨਾਲ ਇੱਕ ਤਰ੍ਹਾਂ ਦੇ ਨਾਲ ਵਿਲਫ੍ਰਿਡ ਓਵਨ ਹਾਰਰ ਪੇਸ਼ ਕਰ ਰਿਹਾ ਸਾਡੇ ਅੱਗੇ ਵਾਰ ਦਾ ਕਿ ਕਿਸ ਤਰ੍ਹਾਂ ਜਿਹੜੇ ਕਿ ਸੋल्जਰਸ ਇਹਦੇ ਵਿੱਚ ਮਾਰੇ ਜਾਂਦੇ ਆ ਐਂਡ ਇਸ ਜਿਹੜਾ ਵਾਰ ਹੈ ਇਹ ਕੰਪਲੀਟਲੀ ਖਤਮ ਹੋਣਾ ਚਾਹੀਦਾ ਹੈ ਸੋ ਦੈਟਸ 올 अबाउट दिस पोएम आई होप ਯੂ ਹੈਵ ਅੰਡਰਸਟੂਡ ਇਟ ਥੈਂਕ ਯੂ ਵੈਰੀ ਮਚ